ਅੱਛਾ ਬਟ ਸਾਹਿਬ ਕਾਫੀ ਲੋਕ ਪੁੱਛਦੇ ਨੇ ਵੀ ਕਿਸ ਤਰ੍ਹਾਂ ਦਾ ਟਰੈਕਟਰ ਲੈਣਾ ਤੇ ਕਿਹਦੇ ਕੋਲ ਲਈਏ ਲੈਣਾ ਚਾਹੀਦਾ ਕਾਫੀ ਫਰਾਡ ਵੀ ਹੋ ਰਹੇ ਨੇ ਕਿ ਨਹੀਂ ਲੈਣਾ ਚਾਹੀਦਾ ਬਿਲਕੁਲ ਜੀ ਲੈਣਾ ਚਾਹੀਦਾ ਕਮ ਅਸ ਕਮ ਜੋ ਵੀ ਕਾਸ਼ਤਕਾਰ ਕਿਸਾਨ ਭਾਈ ਕਿਸੇ ਮਤਲਬ ਵੀ ਖਾਸ ਕਰਕੇ ਫੇਸਬੁੱਕ ਤੇ ਜਾਂ ਤੇ ਯੂਟਿਊਬ ਤੇ ਉਹ ਦਿੱਤੇ ਹੁੰਦੇ ਨੇ ਇਸ਼ਤਿਹਾਰ ਐਡ ਦਿੱਤੇ ਹੁੰਦੇ ਬਈ ਆਹ ਟਰੈਕਟਰ ਖਰੀਦੋ ਉਹਨਾਂ ਨਾਲ ਰਾਬਤਾ ਨਹੀਂ ਕਰਨਾ ਬਿਲਕੁਲ ਅਗਰ ਲੈਣਾ ਹੈ ਤਾਂ ਆਪਣੇ ਇਲਾਕੇ ਦਾ ਕੋਈ ਸ਼ੋਰੂਮ ਹੈ ਜਿਹਨੂੰ ਤੁਸੀਂ ਜਾਣਦੇ ਹੈਗੇ ਜੇ ਮਤਲਬ ਵੀ ਉੱਥੋਂ ਦਾ ਰਹਿਸ਼ੀ ਹੈ ਪੈਸੇ ਤੁਹਾਡੇ ਜਿਹੜਾ ਹੈ ਉਹ ਨਹੀਂ ਮਤਲਬ ਵੀ ਉਸ ਨੂੰ ਲੁਕੋਵੇਗਾ ਜਾਂ ਤੁਹਾਡੇ ਨਾਲ ਫਰਾਡ ਨਹੀਂ ਕਰੇਗਾ ਤੇ ਬਿਹਤਰ ਹੈ ਉਹਨਾਂ ਕੋਲੋਂ ਲੇਕਿਨ ਉਹ ਟਰੈਕਟਰ ਜਿਹੜੇ ਹੈਗੇ ਸ਼ੋਰੂਮ ਵਾਲੇ ਉਹ ਜਨਾਬ ਇੱਕ ਸਾਲ ਦੇ ਨੇ ਕਮ ਅਸ ਕਮ ਇੱਕ ਟਰੈਕਟਰ ਮਗਰੋਂ 5 ਲੱਖ ਰੁਪਏ ਤਕਰੀਬਨ ਮਾਰਕਅਪ ਲਾਉਂਦੇ ਨੇ ਉਹ ਬਹੁਤ ਜ਼ਿਆਦਾ ਇੱਕ ਸਾਲ ਵਿੱਚ ਉਹਨਾਂ ਸਾਰੇ ਟੋਟਲੀ ਪੈਸੇ ਤੁਹਾਡੇ ਕੋਲ ਲੈਣੇ ਨੇ ਜਿਹੜੇ ਬੈਂਕ ਹੈਗੇ ਨੇ ਹਾਂ ਕੋਈ ਵੀ ਬੈਂਕ ਕਰ ਲਓ ਉਹ ਸਾਰੇ ਜਨਾਬ ਤੁਹਾਡੇ ਕੋਲ 5 ਸਾਲ ਦਾ ਮਨਸੂਬੇ ਤੇ ਜਾਂ 3 ਸਾਲ ਮਨਸੂਬੇ ਤੇ ਉਹ ਦੇਵਣਗੇ ਤੁਹਾਡੇ ਵਾਸਤੇ 6 ਮਹੀਨੇ ਦੀ ਕਿਸ਼ਤ ਹੋਵੇਗੀ ਤੇ ਬਹੁਤ ਆਸਾਨੀ ਨਾਲ ਤੁਸੀਂ ਪੈਸੇ ਦੇ ਸਕਦੇ ਹੋ ਜਿਹੜਾ ਸੇਵ ਤਰੀਕਾ ਉਹ ਬੈਂਕ ਹੈਗਾ ਬੈਂਕ ਹੈਗਾ ਜਿਸ ਤਰੀਕੇ ਨਾਲ ਆਪਾਂ ਟਰੈਕਟਰ ਲਿਆ ਹੈ ਜਨਾਬ 16,90,500 ਦਾ ਮਤਲਬ 2 ਮਹੀਨੇ ਪਹਿਲੇ ਲਿਆ ਹੁਣ ਇਸ ਦੀ ਕੀਮਤ ਹੋ ਗਈ ਹੈ 19 ਲੱਖ ਤੇ ਤਕਰੀਬਨ 11,000 ਰੁਪਏ ਮਤਲਬ ਵੀ ਅਗਰ ਆਪਾਂ ਮਾਰਕਅਪ ਦੇ ਹਿਸਾਬ ਤੇ ਵੇਖੀਏ ਤਾਂ 2 ਲੱਖ ਮਾਰਕਅਪ ਤਾਂ ਆਪਣਾ ਗਿਆ ਚਲਾ ਇਸ ਵਾਸਤੇ ਆਉਣ ਵਾਲੇ ਜਿਹੜਾ ਵਕਤ ਹੈ ਜਿਸ ਤਰੀਕੇ ਡਾਲਰ ਥੱਲੇ ਰੁਪਈਏ ਨੂੰ ਕਟਾਈ ਜਾਂਦਾ ਕੁੱਟੀ ਜਾਂਦਾ ਮਾਰੀ ਜਾਂਦਾ ਰੁਪਈਆ ਆਪਣਾ ਥੱਲੇ ਜਾਂਦਾ ਪਿਆ ਤਾਂ ਮਹਿੰਗਾਈ ਹੋਈ ਜਾਂਦੀ ਹੈ ਇਸ ਤਰੀਕੇ ਪਾਰਟਸ ਵੀ ਮਹਿੰਗੇ ਹੁੰਦੇ ਪੈਣੇ ਟਰੈਕਟਰ ਵੀ ਮਹਿੰਗੇ ਹੁੰਦੇ ਪੈਣੇ ਹੋ ਸਕਦਾ ਜਨਾਬ 3 ਮਹੀਨੇ ਬਾਅਦ ਪਤਾ ਚੱਲਦਾ ਬਲਕਿ 1 ਮਹੀਨੇ ਬਾਅਦ ਪਤਾ ਚੱਲਦਾ ਵੀ ਕੀਮਤਾਂ 50,000 ਲੱਖ 2 ਲੱਖ ਵੱਧ ਜਾਂਦੀਆਂ ਨੇ ਪਹਿਲੇ ਕੀਮਤਾਂ ਵੱਧਦੀਆਂ ਹੀ ਆ 50,000 ਕੋਈ 3-4 ਸਾਲਾਂ ਬਾਅਦ ਤੇ ਹੁਣ ਜਨਾਬ ਹਰ 3 ਮਹੀਨੇ ਬਾਅਦ ਕੀਮਤਾਂ ਤੇ ਵੱਧ ਜਾਂਦੀਆਂ ਨੇ ਲੇਕਿਨ ਮਿਆਰ ਕੰਪਨੀ ਦਾ ਕਿਸ ਤਰ੍ਹਾਂ ਤੁਸੀਂ ਟਰੈਕਟਰ ਲੈ ਕੇ ਆਏ ਹੋ ਇਹਦੇ ਚ ਕੋਈ ਤੁਹਾਨੂੰ ਕਮੀ ਬੇਸ਼ੀ ਕੋਈ ਲੀਕੇਜ ਵਗੈਰਾ ਨਜ਼ਰ ਆਈ ਹੈ ਭਾਈ ਜਾਨ ਬਿਲਕੁਲ ਲੀਕੇਜ ਦੀ ਹੋਈ ਹੈ ਤੇ ਮੈਂ ਤੁਹਾਨੂੰ ਇੱਕ ਤਾਂ ਸਟੇਅਰਿੰਗ ਵਾਲਾ ਹੈ ਮਾਮਲਾ ਹੈ ਇਹ ਲੀਕੇਜ ਹੈ ਤੇ ਬਾਕੀ ਜਿਹੜਾ ਨਾ ਤਕਰੀਬਨ 99% ਜਿਹੜਾ ਵੀ ਟਰੈਕਟਰ ਕੋ ਖਰੀਦ ਕੇ ਲਿਆਂਦਾ ਪਹਿਲੇ ਨੰਬਰ ਤੇ ਇਹ ਲੀਕੇਜ ਸ਼ੁਰੂ ਹੋ ਜਾਂਦੀ ਹੈ।